ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਫਿਰ ਹਰ ਰੋਜ਼ ਦੀ ਤਰ੍ਹਾਂ ਖੰਨਾ ਪਹੁੰਚ ਰਹੇ ਹਾਂ ਔਰ ਖੰਨਾ ਅੱਜ ਜਾਣ ਦਾ ਮਕਸਦ ਇਹ ਹੈ ਕਿ ਉੱਥੇ ਸਰਦਾਰ ਗੁਰਦੀਪ ਸਿੰਘ ਜਿਹੜੇ ਕਿ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਆ ਖੰਨਾ ਦੇ ਔਰ ਅੱਜ ਕੱਲ੍ਹ ਉਹ ਸੀਗੇ ਬਾਹਰ ਕੈਨੇਡਾ ਗਏ ਹੋਏ ਸੀਗੇ ਤੇ ਉਹਨਾਂ ਤੇ ਇੱਕ ਪਰਚਾ ਦਰਜ ਕਰ ਦਿੱਤਾ ਗਿਆ ਇਹ ਪਰਚਾ ਮੇਰੇ ਖਿਆਲ 5-7 ਸਾਲ ਪੁਰਾਣਾ ਕਿਸੇ ਦੇ ਕਾਗਜ਼ ਕੈਂਸਲ ਹੋਏ ਸੀ ਚੁੱਲ੍ਹਾ ਟੈਕਸ ਲੱਗਿਆ ਕਿਸੇ ਦਾ ਕਿਸੇ ਨੇ ਗਵਾਹੀ ਜਾਂ ਉਹ ਕੋਈ ਜਿਹੜੀ ਪੌਣੇ ਹੁੰਦੇ ਆ ਨੰਬਰਦਾਰ ਸਾਹਿਬ ਨੇ ਪਾਈ ਜਾਂ ਨਹੀਂ ਪਾਈ ਉਹਦੇ ਬਿਹਾਫ ਤੇ ਨਾ ਉਹਦੇ 'ਚ ਲੱਲਾ ਨਾ ਖੱਖਾ ਗੁਰਦੀਪ ਸਿੰਘ ਦਾ ਉਹਨਾਂ 'ਤੇ ਪਰਚਾ ਦਰਜ ਕਰ ਦਿੱਤਾ ਗਿਆ ਸੋ ਅੱਜ ਮਨ ਬਣਾਇਆ ਸਾਰਿਆਂ ਨੇ ਮੈਨੂੰ ਗੁਰਕੀਰਤ ਸਿੰਘ ਕੋਟਲੀ ਜਿਹੜੇ ਉਸ ਇਲਾਕੇ ਦੀ ਰਹਿਨੁਮਾਈ ਕਰ ਰਹੇ ਨੇ ਉਹਨਾਂ ਦਾ ਫੋਨ ਆਇਆ ਸੀ ਕਿ ਅਸੀਂ ਲੜਾਈ ਲੜਨੀ ਹੈ ਸੋ ਅੱਜ ਸਾਡੇ ਚੇਅਰਮੈਨ ਦੀ ਲੜਾਈ ਲੜਨ ਵਾਸਤੇ ਅਸੀਂ ਸਾਰੇ ਉੱਥੇ ਇਕੱਠੇ ਹੋ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਇੱਕ ਧਰਨਾ ਦੇ ਰਹੇ ਹਾਂ ਸੋ ਤੁਸੀਂ ਸਾਰੇ ਉੱਥੇ ਤਕਰੀਬਨ 11:30 ਵਜੇ ਪਹੁੰਚੋ ਮੈਂ ਰਸਤੇ ਜਾ ਰਿਹਾ ਨਾਲ ਹੀ ਨਾਲ ਮੈਂ ਤੁਹਾਨੂੰ ਬੇਨਤੀ ਵੀ ਕਰਨੀ ਸੀ ਕਿ ਡੇਂਗੂ ਦੇ ਕੇਸਿਸ ਅੱਜ ਖਬਰ ਲੱਗੀ ਹੈ ਭਾਰਤੀ ਜੀ ਦੀ ਟ੍ਰਿਬਿਊਨ ਦੇ ਵਿੱਚ ਕਾਫੀ ਵੱਡੀ ਖਬਰ ਹੈ ਉਹਦੇ ਵਿੱਚ ਲਿਖਿਆ ਕਿ ਫਲੱਡ ਦੇ ਕਾਰਨ ਜਿਹੜੇ ਹੜ੍ਹ ਆਏ ਉਹਨਾਂ ਦੇ ਕਾਰਨ ਡੇਂਗੂ ਬਹੁਤ ਜ਼ਿਆਦਾ ਫੈਲਦਾ ਜਾ ਰਿਹਾ 4500 ਕੇਸਿਸ ਜਿਹੜੇ ਹੈ ਉਹ ਡੇਂਗੂ ਦੇ ਮਿਲੇ ਹੈ ਔਰ 500 ਕੇਸਿਸ ਚਿਕਨਗੁਨੀਆ ਦੇ ਔਰ ਇਹ ਕੇਸਿਸ ਪਿਛਲੇ ਸਾਲ ਦਾ ਲਗਭਗ ਜਿਹੜੀ ਇਹਦੀ ਤਾਦਾਦ ਹੈ ਉਹ ਡਬਲ ਹੁੰਦੀ ਜਾ ਰਹੀ ਹੈ ਡਬਲ ਹੋ ਗਈ ਹੈ 432 ਸੈਂਪਲ ਲਏ ਗਏ ਸੀ ਇਸ ਖਬਰ ਚ ਲਿਖਿਆ ਔਰ 432 ਸੈਂਪਲਾਂ ਚੋਂ 91 ਜਿਹੜੇ ਹੈ 91 ਉਹ ਪੋਜ਼ਿਟਿਵ ਆਏ ਡੇਂਗੂ ਦੇ ਤੇ 19 ਕੇਸਿਸ ਜਾਣੀ ਚਿਕਨਗੁਨੀਆ ਦੇ ਆਏ ਸੋ ਹਜੇ ਤਾਂ ਮੇਰਾ ਖਿਆਲ ਜਿਹੜੇ ਟੈਸਟ ਹੀ ਘੱਟ ਹੋ ਰਹੇ ਹੈ ਸੋ ਅਗਲੇ ਜਿਹੜੇ 40 ਦਿਨ ਹੈ ਉਹ ਬਹੁਤ ਖਤਰਨਾਕ ਹੈ ਇਸ ਡੇਂਗੂ ਦੇ ਜਿਹੜੇ ਐਕਸਪਰਟ ਦੱਸ ਰਹੇ ਨੇ ਡੇਂਗੂ ਕਾਰਨ ਪਿਛਲੇ ਸਾਲ ਬਹੁਤ ਸਾਰੀਆਂ ਮੌਤਾਂ ਵੀ ਹੋ ਗਈਆਂ ਜਿਹੜੀਆਂ ਕਿ ਰਿਕਾਰਡ ਤੇ ਨਹੀਂ ਹੈ ਮੇਰੇ ਸਾਡੇ ਗਿੱਦੜਬਾਜ਼ ਹੀ ਬਹੁਤ ਡੇਂਗੂ ਸੀਗਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਆਪਣਾ ਧਿਆਨ ਵੀ ਰੱਖਣਾ ਹੈ ਨਾਲ ਹੀ ਨਾਲ ਜਿੱਥੇ ਪਾਣੀ ਖੜਾ ਹੈ ਜਿਹੜਾ ਹੜਾਂ ਦਾ ਪਾਣੀ ਖੜਾ ਉਹਦਾ ਸਰਕਾਰ ਨੇ ਇੰਤਜ਼ਾਮ ਕਰਨਾ ਹੈ ਲੇਕਿਨ ਤੁਹਾਡੇ ਘਰਾਂ ਦੇ ਕੂਲਰਾਂ 'ਚ ਤੁਹਾਡੇ ਘਰਾਂ ਦੇ ਆਸੇ ਪਾਸੇ ਜਿੱਥੇ ਪਾਣੀ ਖੜਾ ਹੈ ਉਹਨੂੰ ਆਪਾਂ ਕਿਵੇਂ ਨਾ ਕਿਵੇਂ ਨਿਕਾਸੀ ਕਰਨੀ ਹੈ ਤਾਂ ਜੋ ਇਹਦੇ ਤੋਂ ਅਸੀਂ ਬਚ ਸਕੀਏ ਕਿਉਂਕਿ ਡੇਂਗੂ ਤੇ ਚਿਕਨਗੁਨੀਆ ਅਸੀਂ ਕਹਿੰਦੇ ਕਿ ਡੇਂਗੂ ਹੋ ਗਿਆ ਬਹੁਤ ਸਾਰੀ ਕਮਜ਼ੋਰੀ ਆ ਜਾਂਦੀ ਔਰ ਚਿਕਨਗੁਨੀਆ ਦੇ ਨਾਲ ਸਾਡੇ ਮੇਰਾ ਖਿਆਲ 2-3 ਬੰਦਾ ਮਹੀਨੇ ਉੱਠ ਹੀ ਨਹੀਂ ਪਾਉਂਦਾ ਉਹਦੇ ਹੱਡਾਂ ਪੈਰਾਂ ਦੇ ਵਿੱਚ ਇੰਨੀ ਕਮਜ਼ੋਰੀ ਆ ਜਾਂਦੀ ਹੈ ਔਰ ਉਹ ਜੁੜ ਜਾਂਦੇ ਸੋ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਪਣਾ ਧਿਆਨ ਵੀ ਰੱਖਿਓ ਨਾਲ ਨਾਲ ਔਰ ਸਰਕਾਰ ਨੂੰ ਬੇਨਤੀ ਹੈ ਕਿ ਆਹ ਫਲੱਡਸ ਦਾ ਜਿਹੜਾ ਪਾਣੀ ਹੈ ਇਹਦੇ ਕਰਕੇ ਹੀ ਬਹੁਤ ਸਾਰਾ ਡੇਂਗੂ ਫੈਲ ਰਿਹਾ ਸੋ ਇਹਦੇ ਤੇ ਹੈਲਥ ਡਿਪਾਰਟਮੈਂਟ ਔਰ ਸਰਕਾਰ ਵੀ ਧਿਆਨ ਦੇਵੇ ਤੇ ਸਾਰੇ ਧਿਆਨ ਨਾਲ ਜਿੰਨੇ ਕੁ ਲੋਕ ਖੰਨੇ ਵਾਲੇ ਸੁਣ ਰਹੇ ਆ ਮੇਰੇ ਮਿੱਤਰ ਦੋਸਤ ਪਿਆਰੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਔਰ ਫਤਿਹਗੜ੍ਹ ਸਾਹਿਬ ਨਾਲ ਆਸੇ ਪਾਸੇ ਉਹ ਸਾਰੇ ਉਸ ਧਰਨੇ 'ਚ ਸ਼ਮੂਲੀਅਤ ਕਰੋ ਕਿਉਂਕਿ ਆਪਣੇ ਚੇਅਰਮੈਨ ਦੇ ਨਾਲ ਪੁਲਿਸ ਪ੍ਰਸ਼ਾਸਨ ਔਰ ਐਡਮਿਨਿਸਟ੍ਰੇਸ਼ਨ ਨੇ ਧੱਕਾ ਕੀਤਾ ਮਿਲਦੇ ਆ ਠੀਕ ਘੰਟੇ ਬਾਅਦ ਤੁਹਾਨੂੰ ਖੰਨੇ ਧੰਨਵਾਦ